ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਅਤੇ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਸਬਾ ਖਮਾਣ ਤੋਂ ਆ ਰਹੀ ਹੈ, ਜਿੱਥੇ 2 ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜੀ ਹਾਂ, ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ, ਖਮਾਣੋ ਕਸਬਾ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ, 2 ਪੋਜ਼ਿਟਿਵ ਕੇਸ, 2 ਕੋਰੋਨਾ ਪੋਜ਼ਿਟਿਵ ਕੇਸਾਂ ਦੀ ਜਿਹੜੀ ਪੁਸ਼ਟੀ ਆ ਉਹ ਕੀਤੀ ਗਈ ਹੈ। SDM ਖਮਾਣੋ ਵੱਲੋਂ ਇਸ ਗੱਲ ਦਾ ਗੱਲਬਾਤ ਕਰਕੇ ਦੱਸਿਆ ਗਿਆ ਕਿ ਜਿਹੜੀ 2 ਕੋਰੋਨਾ ਪੋਜ਼ਿਟਿਵ ਕੇਸ ਨੇ ਉਹ ਪਾਏ ਗਏ ਨੇ। ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਇਹ ਦਿੱਲੀ ਵਿੱਚ ਹੋਈ ਜਿਹੜੀ ਤਬਲੀਗੀ ਜਮਾਤ ਸੀ ਇਸਲਾਮਿਕ ਮੁਸਲਮਾਨਾਂ ਵੱਲੋਂ, ਜਿਹੜੀ ਉੱਥੇ ਇਕੱਤਰਤਾ ਕੀਤੀ ਗਈ ਸੀ ਉਸੇ ਨਾਲ ਸੰਬੰਧਿਤ। ਅਤੇ ਜਿਹੜੇ ਇਹ ਪੇਸ਼ੈਂਟ ਨੇ ਇਹ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਦੱਸੇ ਜਾ ਰਹੇ ਨੇ, ਜੋ ਕਿ ਪ੍ਰਸ਼ਾਸਨ ਵੱਲੋਂ ਕਈ ਦਿਨਾਂ ਤੋਂ ਆਈਸੋਲੇਟ ਕਰਕੇ ਖਮਾਣੋ ਦੇ ਪਿੰਡ ਮਨੈਲੀ ਵਿਖੇ ਆਈਸੋਲੇਟ ਕੀਤੇ ਗਏ ਸੀ। ਸੋ ਇਸ ਵੇਲੇ ਦੀ ਵੱਡੀ ਖਬਰ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕੋਰੋਨਾ ਨੇ ਦਸਤਕ ਦਿੱਤੀ ਹੈ, 2 ਪੇਸ਼ੈਂਟ ਜਿਹੜੇ ਪੋਜ਼ਿਟਿਵ ਨੇ ਉਹ ਪਾਏ ਗਏ ਨੇ। ਸੋ ਵੱਡੀ ਖਬਰ ਹੈ, ਕਿਉਂਕਿ ਜਿਵੇਂ ਖਮਾਣੋ ਬਿਲਕੁਲ ਲੋਅਰ ਲੈਵਲ 'ਤੇ ਜਿਹੜੇ ਕਸਬੇ ਨੇ ਉੱਥੇ ਤੱਕ ਕੋਰੋਨਾ ਦੀ ਪਕੜ ਜਿਹੜੀ ਉਹ ਮਜ਼ਬੂਤ ਹੋ ਗਈ ਹੈ। ਜਿਵੇਂ ਦਿੱਲੀ ਦੇ ਵਿੱਚ ਮਰਕਜ਼ ਤਬਲੀਗੀ ਮਰਕਜ਼ ਜਿਹੜੀ ਮੁਸਲਮਾਨਾਂ ਵੱਲੋਂ ਦਿੱਲੀ ਦੇ ਵਿੱਚ ਇਕੱਤਰਤਾ ਕੀਤੀ ਗਈ ਸੀ, ਉੱਥੋਂ ਦੇ ਲੋਕ ਨੇ ਜਿਹੜੇ ਦੱਸੇ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ, ਇਹਨਾਂ ਲੋਕਾਂ ਨੂੰ ਜਿਹੜਾ ਆਈਸੋਲੇਟ ਕੀਤਾ ਗਿਆ ਸੀ। ਸੋ ਕੋਈ 2-3 ਦਿਨ ਪਹਿਲਾਂ ਇਹਨਾਂ ਦੇ ਜਿਹੜੇ ਸੈਂਪਲ ਲਏ ਸੀ ਤਾਂ ਉਹਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਰਿਪੋਰਟ ਹੈ ਉਹ ਪੋਜ਼ਿਟਿਵ ਆਈ ਹੈ। ਪ੍ਰਸ਼ਾਸਨ ਵੱਲੋਂ ਆਈਸੋਲੇਟ ਕਰਕੇ ਇਹਨਾਂ ਨੂੰ ਖਮਾਣੋ ਦੇ ਨੇੜਲੇ ਪਿੰਡ ਮਨੈਲੀ ਵਿਖੇ ਰੱਖਿਆ ਗਿਆ ਸੀ। ਸੋ ਖਮਾਣੋ ਪ੍ਰਸ਼ਾਸਨ ਵੱਲੋਂ SDM ਵੱਲੋਂ ਇਸ ਵੇਲੇ ਹੰਗਾਮੀ ਮੀਟਿੰਗ ਸੱਦੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਕਿਵੇਂ ਨਜਿੱਠਿਆ ਜਾਵੇ, ਕਿਉਂਕਿ ਕੋਰੋਨਾ ਜਿਹੜਾ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਆਪਣੀ ਪਕੜ ਆ ਉਹ ਮਜ਼ਬੂਤ ਕਰਦਾ ਜਾ ਰਿਹਾ ਹੈ। ਸੋ ਦਰਸ਼ਕਾਂ ਨੂੰ ਇਸ ਵੇਲੇ ਵੱਡੀ ਅਪਡੇਟ ਦੇ ਰਹੇ ਹਾਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਵੀ ਜਿਹੜੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਸੋ ਆਪਣੇ ਘਰਾਂ ਦੇ ਵਿੱਚ ਰਹੋ, ਸੇਫ ਰਹੋ, ਪ੍ਰਸ਼ਾਸਨ ਸਰਕਾਰ ਦਾ ਸਹਿਯੋਗ ਕਰਦੇ ਰਹੋ ਤਾਂ ਕਿ ਅਸੀਂ ਕੋਰੋਨਾ ਦੇ ਨਾਲ ਜਿਹੜੀ ਜੰਗ ਹੈ ਉਹ ਲੜ ਸਕੀਏ। ਕੈਮਰਾਮੈਨ ਵਰੁਣ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਵੇਖ ਰਹੇ ਹੋ ਅਤੇ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਸਬਾ ਖਮਾਣ ਤੋਂ ਆ ਰਹੀ ਹੈ, ਜਿੱਥੇ 2 ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜੀ ਹਾਂ, ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ, ਖਮਾਣੋ ਕਸਬਾ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ, 2 ਪੋਜ਼ਿਟਿਵ ਕੇਸ, 2 ਕੋਰੋਨਾ ਪੋਜ਼ਿਟਿਵ ਕੇਸਾਂ